दोस्तों स्टूडियो स्टार्टअप सारे का बहुत प्यार भरा स्वागत। आज मैं बहुत फील प्राउड कर रहा हूँ क्योंकि आज जो मेरे नाल आर्टिस्ट ने एक बहुत ही वधिया सैम संगेड़ा जी, एक फीमेल आर्टिस्ट केड़े की टोल पेयर रहे। जी हाँ, टोल केड़ा टोल, ओह अपनी बीट्स के नाल ते टोल बहुत दिल ना बजाते हैं। आओ बड़ी निघी जी मुलाकात करते हैं अज साडे फीमेल आर्टिस्ट टोल प्लेयर बेस्ट फाइनेस्ट टोल प्लेयर इन ऑस्ट्रेलिया सैम संगेड़ा। आओ पहले उन्होंने बीट सुनते हैं फिर उन्होंने तुहाडी मुलाकात। सैम जी बहुत निघा ਜਾ ਸਵਾਗਤ ਤੁਹਾਡਾ। ਥੈਂਕ ਯੂ। ਐਂਡ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਾਂਗਾ, ਵੀ ਫੀਲ ਵੈਰੀ ਪ੍ਰਾਊਡ ਕਿ ਸਾਡੀ ਇੱਕ ਪੰਜਾਬੀ ਕੁੜੀ ਸਾਡੇ ਸਾਰੇ ਪੰਜਾਬੀਆਂ ਦਾ ਮਾਣ ਕਰ ਰਹੀ ਆ, ਮਾਣ ਉੱਪਰ ਕਰ ਰਹੀ ਆ, ਕਿਉਂਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦ ਤੁਹਾਨੂੰ ਦੇਖਦੇ ਹਾਂ ਇੱਕ ਢੋਲ ਵਜਾਉਂਦੇ ਹੋਏ ਅਤੇ ਕਿਹੜਾ ਤੁਸੀਂ ਦਿਲ ਨਾਲ ਰਿਦਮ ਦੇ ਨਾਲ ਬੀਟ 'ਤੇ ਸਾਰਿਆਂ ਨੂੰ ਨਚਾਉਂਦੇ ਹੋ। ਉਹ ਕਦ ਸ਼ੁਰੂ ਕੀਤਾ ਸੀਗਾ, ਕਦ ਦਿਲ ਦੇ ਵਿੱਚ ਆਇਆ ਕਿ ਮੈਂ ਇੱਕ ਢੋਲ ਦੇ ਇੰਸਟਰੂਮੈਂਟ ਨੂੰ ਇੱਕ ਆਪਣਾ ਸਾਜ਼ ਬਣਾ ਲਵਾਂ? First of all, Varun ji, thank you so much for that wonderful introduction. Really appreciate it. Main tol aaj ton 7 saal pehla start kita. So basically, I guess when I was growing up, I had this thing that I always wanted to learn tol. But obviously, you know, pehla study si, fair, you know, job and everything else. And for those who don't know, I work within defense industry. I have a daytime job. Toll is my passion and I absolutely love it. Any spare time I get, that's what I do. Salutes to your passion. I really appreciate ki aise time kad ke, sab to bahut mushkil hai time kadna. Haan ji. Apne passion waase time kadna and baki lokan da help and support karna, apna time kad ke, it's a very difficult effort, but I know ki kinna jyada aukha ho janda hai, but you done very well. And first thing, you are in the rhythm. Yes. ਮੈਂ ਬਹੁਤ ਲੋਕੀ ਦੇਖੇ ਆ ਢੋਲ ਵਜਾਉਂਦੇ, ਢੋਲ ਨਾਲ ਪਿਆਰ ਕਰਦੇ, ਲੇਕਿਨ ਰਿਦਮ ਦੇ ਵਿੱਚ ਕੰਮ ਕਰਨਾ, ਰਿਦਮ ਵਜਾਉਣਾ, ਇਟਸ ਰੀਅਲੀ ਯੂ ਆਰ ਡੂਇੰਗ ਵੈਰੀ ਗੁੱਡ। ਥੈਂਕ ਯੂ। ਮੈਂ ਬਾਰ ਬਾਰ ਇੱਕ ਗੱਲ ਕਰ ਰਿਹਾ ਕਿਉਂਕਿ ਮੇਰੇ ਦਿਲ ਤੋਂ ਇਹ ਆਵਾਜ਼ ਨਿਕਲ ਰਹੀ ਆ ਕਿ ਇਹ ਕੁੜੀ ਬਹੁਤ ਵਧੀਆ ਕਰ ਰਹੀ ਆ। ਥੈਂਕ ਯੂ ਸੋ ਮਚ, ਮੱਚ ਅਪਰੀਸ਼ੀਏਟਡ। ਚੀਜ਼ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਮੈਨੂੰ ਪਤਾ ਲੱਗਾ ਸੀਗਾ ਕਿ ਮਾਨ ਸਾਹਿਬ ਨੇ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ ਸੀਗਾ ਸਟੇਜ ਦੇ ਉੱਤੇ, ਲੇਕਿਨ ਉਹਦੇ ਪਿੱਛੇ ਤੁਹਾਡੀ ਬਚਪਨ ਦੀ ਕਹਾਣੀ ਹੈਗੀ ਆ, ਤੁਹਾਡੇ ਫਾਦਰ ਸਾਹਿਬ ਦੀ, ਥੋੜਾ ਜਿਹਾ ਉਹਦੇ ਬਾਰੇ ਸਾਨੂੰ ਸਾਰਿਆਂ ਨਾਲ ਗੱਲ ਸ਼ੇਅਰ ਹੋਏਗੀ? ਹਾਂਜੀ ਜ਼ਰੂਰ। ਸੋ ਬੇਸਿਕਲੀ ਜਦੋਂ ਮੈਂ ਛੋਟੀ ਸੀ, ਮੇਰੇ ਡੈਡ ਸਾਨੂੰ ਮਾਨ ਸਾਹਿਬ ਦੇ ਸ਼ੋਅ 'ਤੇ ਲੈ ਕੇ ਗਏ ਸੀ। ਅਖਾੜਾ ਸੀ ਉਹਨਾਂ ਦਾ, ਮਾਨਾ ਦੇ ਮਾਨ ਗੁਰਦਾਸ ਮਾਨ ਜੀ, ਅਤੇ ਉਹਨਾਂ ਦਾ ਅਖਾੜਾ ਸੀ। ਅਤੇ ਮੇਰੇ ਡੈਡ, ਅਸੀਂ ਅਖਾੜਾ ਦੇਖਿਆ ਐਂਡ ਮੇਰੇ ਡੈਡ ਨੇ ਇੱਕ ਗੱਲ ਬੇਸਿਕਲੀ ਕਹੀ, ਅਤੇ ਕਹਿੰਦੇ ਕਿ ਓਬਵੀਅਸਲੀ ਯੂ ਨੋ ਜਦੋਂ ਅਸੀਂ ਗਰੋਇੰਗ ਅਪ ਸੀਗੇ, ਯੂ ਨੋ ਓਲ ਅਦਰ ਖਰਚੇ ਸੀਗੇ, ਅਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇੰਨੀ ਮਨੀ ਨਹੀਂ ਐਟ ਦ ਮੂਮੈਂਟ ਹੈਗੀ ਕਿ ਵਨ ਡੇ ਨਾ ਜੇ ਮੇਰੇ ਕੋਲ ਮਨੀ ਹੋਵੇ ਤਾਂ ਮੈਂ ਗੁਰਦਾਸ ਮਾਨ ਜੀ ਦਾ ਅਖਾੜਾ ਆਪਣੇ ਘਰ ਲਗਵਾਵਾਂ। ਐਂਡ ਆਈ ਰਿਮੈਂਬਰ ਦੈਟ ਥਿੰਗ, ਲਾਈਕ ਮੈਂ ਬਹੁਤ ਛੋਟੀ ਸੀ ਉਦੋਂ। ਸੋ ਫਿਊ ਈਅਰਸ ਬੈਕ 2013 ਦੇ ਵਿੱਚ ਇੰਡੀਆ ਦੇ ਵਿੱਚ ਜਿੱਥੇ ਸਾਡਾ ਘਰ ਆ, ਅਸੀਂ ਪਿੱਛੋਂ ਇੰਡੀਆ ਤੋਂ ਓਬਵੀਅਸਲੀ ਫਰੋਮ ਪੰਜਾਬ, ਅਤੇ ਮੈਂ ਉਹ ਅਖਾੜਾ ਔਰਗਨਾਈਜ਼ ਕੀਤਾ ਅਤੇ ਆਈ ਸਪੈਂਡ ਮੋਰ ਦੈਨ 40 grand ਔਨ ਇਟ। ਅਤੇ ਮੇਰੇ ਡੈਡ ਨੂੰ ਨਹੀਂ ਪਤਾ ਸੀ, ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਐਂਡ ਅਤੇ ਗੁਰਦਾਸ ਮਾਨ ਜੀ ਨੇ ਉਸ ਸ਼ੋਅ ਦੇ ਵਿੱਚ ਬੇਸਿਕਲੀ ਕਾਫੀ ਐਪਰੀਸੀਏਸ਼ਨ ਕੀਤੀ, ਬਿਕੋਜ਼ ਫਰੋਮ ਹਿਸ ਪਰਸਪੈਕਟਿਵ ਉਹ ਕਹਿੰਦੇ ਕਿ ਇਹ ਪਹਿਲਾ ਸ਼ੋਅ ਆ ਜਿਹੜਾ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਕਿ ਇੱਕ ਕੁੜੀ ਨੇ ਔਰਗਨਾਈਜ਼ ਕੀਤਾ ਔਰ ਇਸ ਲੈਵਲ 'ਤੇ ਔਰਗਨਾਈਜ਼ ਕੀਤਾ ਔਰ ਆਪਣੇ ਡੈਡ ਲਈ ਕਰ ਰਹੀ ਆ। ਮਾਈ ਡੈਡ ਵਾਜ਼ ਓਬਵੀਅਸਲੀ ਇਨ ਟੀਅਰਸ ਵੈਨ ਹੀ ਗੋਟ ਅਪ ਔਨ ਦ ਸਟੇਜ। ਅਤੇ ਗੁਰਦਾਸ ਮਾਨ ਜੀ ਨੇ ਮੈਨੂੰ ਇੱਕ ਜੈਕਟ ਦਿੱਤੀ, ਉਹ 'ਤੇ ਲਿਖਿਆ ਹੋਇਆ ਮੇਰੇ ਕੋਲ ਹਾਲੇ ਵੀ ਹੈ, ਕੁੜੀ ਇਹ ਕਿਸਮਤ, ਛੋਟਾ ਜਿਹਾ ਕਲਿੱਪ ਉਹਦਾ, ਹਾਂਜੀ, ਅਤੇ ਕੁੜੀ ਇਹ ਕਿਸਮਤ ਪੂਰੀ ਹੈ, ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ। ਉਹਨਾਂ ਨੇ ਇਹ ਸਾਈਨ ਕਰਕੇ ਇੱਕ ਜੈਕਟ ਮੈਨੂੰ, ਉਹ ਜੰਪਰ ਮੈਨੂੰ ਦਿੱਤਾ, ਮੇਰੇ ਕੋਲ ਹਾਲੇ ਵੀ ਹੈ। ਵਾਓ, ਇਟਸ ਅ ਵੈਰੀ ਪ੍ਰਾਊਡ ਮੂਮੈਂਟਸ, ਵੈਰੀ ਪ੍ਰਾਊਡ ਮੂਮੈਂਟਸ। ਥੈਂਕ ਯੂ। ਹੀ ਇਜ਼ ਅ ਲਿਵਿੰਗ ਲੈਜੈਂਡ, ਅਤੇ ਉਹਨਾਂ ਨਾਲ ਮਿਲ ਕੇ ਇੰਨੀ ਵੱਡੀ ਸ਼ਖਸੀਅਤ ਦੇ ਨਾਲ ਨਾਲ ਖੜੇ ਹੋ ਕੇ ਹੀ ਇੱਕ ਪੋਜ਼ਿਟਿਵ ਵੇਵ ਆ ਜਾਂਦੀ। ਡੈਫੀਨਿਟਲੀ ਡੈਫੀਨਿਟਲੀ। ਅਸੀਂ ਵੀ ਉਹਨਾਂ ਨਾਲ ਪਿਛਲੇ ਕਈ ਸਾਲਾਂ ਤੋਂ, ਸਾਨੂੰ ਕਾਫੀ ਮੌਕੇ ਲੱਗੇ ਉਹਨਾਂ ਦੇ ਸਟੇਜਿਸ ਤੇ ਕਵਰ ਕਰਨ ਦੇ, ਤੇ ਨਾਲ ਥੋੜਾ ਜਿਹਾ ਸਟੇਜ ਤੇ ਕੰਮ ਕਰਨ ਦੇ ਉਹਨਾਂ ਨਾਲ, ਬਹੁਤ ਅਸੀਂ ਵੀ ਮਾਣ ਫੀਲ ਕੀਤਾ। ਮਾਨ ਸਾਹਿਬ ਨਾਲ ਤੁਸੀਂ ਉਹਨਾਂ ਦਾ ਸ਼ੋਅ ਕਰਵਾ ਕੇ ਐਂਡ ਸਪੈਸ਼ਲੀ
ਆਰਗੇਨਾਈਜ਼ ਕੀਤਾ ਤੇ ਉਹਨਾਂ ਤੋਂ ਮਾਣ ਲਿੱਤਾ ਇਟਸ ਆ ਵੈਰੀ ਪ੍ਰਾਊਡ ਮੂਮੈਂਟਸ ਥੈਂਕ ਯੂ ਲਾਈਫ ਦੇ ਵਿੱਚ ਕੋਈ ਏਦਾਂ ਦੀ ਖੱਟੀ ਮਿੱਠੀ ਗੱਲ ਦੱਸੋਗੇ ਜਦ ਤੁਸੀਂ ਸ਼ੋਅ ਕਰ ਰਹੇ ਹੋਏ ਢੋਲ ਵਜਾ ਰਹੇ ਹੋਏ ਜਾਂ ਤੁਸੀਂ ਕਿਹਾ ਹੋਏ ਰੱਬ ਨੂੰ ਯਾਰ ਰੱਬ ਜੀ ਅੱਜ ਬਚਾ ਲਓ ਥੋੜੀ ਇੱਜ਼ਤ ਤੁਹਾਡੇ ਹੱਥ ਚ ਜਾਂ ਕੋਈ ਨਾ ਕੋਈ ਏਦਾਂ ਦੀ ਖੱਟੀ ਮਿੱਠੀ ਚੀਜ਼ ਹੋਈ ਹੋਵੇ ਕਿ ਯੂ ਆਰ ਵੈਰੀ ਨਰਵਸ ਜਾਂ ਕੋਈ ਏਦਾਂ ਦੀ ਯਾਦਗਾਰ ਹਾਂਜੀ ਐਕਚੁਅਲੀ ਦਿਸ ਈਅਰ ਇਸ ਸਾਲ ਮੈਂ ਢੋਲ ਵਜਾ ਰਹੀ ਹਾਂ ਵਜਾ ਰਹੀ ਸੀ ਹਨੇਰੀ ਪੰਜਾਬ ਦੀ ਟੀਮ ਹੈ ਇੱਥੇ ਸਿਡਨੀ ਤੋਂ ਹਾਂ ਮੈਂ ਉਹਨਾਂ ਦਾ ਅਫੀਸ਼ੀਅਲ ਢੋਲੀ ਹਾਂ ਅਤੇ ਮੈਂ ਉਹ ਢੋਲ ਵਜਾ ਰਹੀ ਸੀ ਅਤੇ ਅਸੀਂ ਹਾਰਬਰ ਸਿਟੀ ਭੰਗੜਾ ਇੱਥੇ ਸਿਡਨੀ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈ ਭੰਗੜੇ ਦਾ ਕੰਪੀਟੀਸ਼ਨ ਅਤੇ ਉੱਥੇ ਜਾਣਾ ਸੀ ਐਂਡ ਜਸਟ ਅ ਡੇ ਬਿਫੋਰ ਆਈ ਹਿਟ ਮਾਈ ਸ਼ੋਲਡਰ ਆਈ ਡਿਡਨਟ ਟੈਲ ਐਨੀਵਨ ਮੈਂ ਨਹੀਂ ਆਪਣੇ ਕੈਪਟਨ ਨੂੰ ਜਾਂ ਕਿਸੇ ਹੋਰ ਨੂੰ ਮੈਂ ਨਰਵਸ ਨਹੀਂ ਕਰਨਾ ਚਾਹੁੰਦੀ ਸੀ ਐਂਡ ਇਟ ਵਾਜ਼ ਰੀਅਲੀ ਬੈਡ ਫੀਲਿੰਗ ਇਨ ਲਾਈਕ ਯੂ ਨੋ ਮੈਨੂੰ ਆ ਰਹੀ ਸੀ ਕਿ ਬਿਕੋਜ ਮੈਂ ਨਹੀਂ ਚਾਹੁੰਦੀ ਸੀ ਬਿਕੋਜ ਆਫ ਮੀ ਕਿ ਟੀਮ ਨੂੰ ਲੈਟ ਡਾਊਨ ਕਰਾਂ ਨਾ ਸੋ ਆਈ ਡਿਡਨਟ ਟੈਲ ਐਨੀਵਨ ਆਈ ਗੋਟ ਅਪ ਔਨ ਦ ਸਟੇਜ ਡਿਡ ਮਾਈ ਬੈਸਟ ਐਂਡ ਆਈ ਰਿਮੈਂਬਰ I played the best toll and the team was like you know really happy and I don't remember mera shoulder bhi nahi dukhya bhul janda sab kuch when I go on the stage kai yeah. baar hunda e dard oh dard but when we are Hanji. On the stage you forget everything yeah that's right so that was one of the moments that I really wanted to do my best and I did it despite the injury and baad de vich I saw on Snapchat some of my friends were actually posting boys you know some of the boys that I know like you know from you know my friend circle they were actually posting with my toll photo on it and toll video on it and it basically the status basically said you're the boys and that really made me proud that I did it I did a good job what about your family your four sisters hanji assi meri family de vich assi char sisters ha mere mamme ha mere dad ha ਅਤੇ ਅਸੀਂ ਸਿਡਨੀ ਵਿੱਚ ਓਬਵੀਅਸਲੀ ਰਹਿੰਦੇ ਹਾਂ ਅਤੇ ਤੁਸੀਂ ਹਮੇਸ਼ਾ ਮੁੰਡਿਆਂ ਵਾਂਗ ਪੱਲੇ ਹੋ ਅਤੇ ਤੁਸੀਂ ਮੇਰਾ ਖਿਆਲ ਬਾਈਕ ਚਲਾਉਣ ਦਾ ਸ਼ੌਂਕ ਵੀ ਰੱਖਦੇ ਹੋ ਹਾਂਜੀ ਹਾਂਜੀ ਇੰਡੀਆ ਦੇ ਵਿੱਚ ਇਨਫੈਕਟ ਸਾਡੇ ਕੋਲ ਮੇਰੇ ਡੈਡ ਨੇ ਮੈਨੂੰ ਅਤੇ ਮੇਰੀ ਸਿਸਟਰਸ ਨੂੰ ਸਾਨੂੰ ਬੁਲੇਟ ਲੈ ਕੇ ਦਿੱਤਾ ਹੋਇਆ ਅਤੇ ਅਸੀਂ ਯੈਸ ਸੋ ਮੇਰੇ ਡੈਡ ਨੇ ਕਦੀ ਸਾਨੂੰ ਕੁੜੀਆਂ ਦੀ ਤਰ੍ਹਾਂ ਨਹੀਂ ਟ੍ਰੀਟ ਕੀਤਾ ਯੂ ਨੋ ਹੈਵ ਟ੍ਰੈਡੀਸ਼ਨਲ ਇੰਡੀਅਨ ਫੈਮਿਲੀਜ਼ ਯੂ ਨੋ ਕੁੜੀ ਨੂੰ ਅਲੱਗ ਟ੍ਰੀਟ ਕਰਦੇ ਆ ਮੁੰਡੇ ਨੂੰ ਅਲੱਗ ਟ੍ਰੀਟ ਕਰਦੇ ਦੇ ਓਵੇਜ਼ ਟ੍ਰੀਟਡ ਅਸ ਇਕੁਅਲ ਅਤੇ ਮੇਰੇ ਡੈਡ ਨੇ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਸਾਡੇ ਮੁੰਡੇ ਆ ਅਤੇ ਯਾ ਹੀ ਇਜ਼ ਰੀਲੀ ਪ੍ਰਾਊਡ ਵੀ ਮੀਨਸ ਆਵਰ ਫੈਮਿਲੀ ਪ੍ਰਾਊਡ ਐਂਡ ਵੀ ਆਲਸੋ ਪ੍ਰਾਊਡ ਐਜ਼ ਅਸੀਂ ਸਾਰੇ ਸਿਡਨੀ ਦੇ ਵਾਸੀ ਲੱਕੀ ਹਾਂ ਕਿ ਤੁਸੀਂ ਸਿਡਨੀ ਦੇ ਵਿੱਚ ਹੋ ਥੈਂਕ ਯੂ ਯੂ ਆਰ ਗੋਇੰਗ ਟੂ ਬੀ ਅ ਵੈਰੀ ਬਿਗ ਸਟਾਰ ਥੈਂਕ ਯੂ ਸਾਡੇ ਅੰਦਰੋਂ 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 ਵਾਰ ਆਉਂਦੀ ਹੈ ਕਿ ਇਟ ਇਜ਼ ਰੀਅਲੀ ਕਿ ਤੁਸੀਂ ਜੋ ਕਰ ਰਹੇ ਹੋ ਐਂਡ ਇਟ ਇਜ਼ ਯੋਰ ਪੈਸ਼ਨ ਇਟਸ ਮਾਈ ਪੈਸ਼ਨ ਆਈ ਰੀਅਲੀ ਸਲੂਟ ਟੂ ਯੋਰ ਪੈਸ਼ਨ ਬਿਕੋਜ਼ ਆਈ ਡੋਨਟ ਹੈਵ ਦ ਵਰਡਸ ਟੂ ਟੈਲ ਯੂ ਕਿ ਹਾਊ ਕਿ ਕਿੱਦਾਂ ਦੀ ਪੋਜ਼ਿਟਿਵ ਇੱਕ ਵਾਈਬਸ ਹੁੰਦੀਆਂ ਕਿ ਜਿਹੜੀ ਤੁਹਾਡੇ ਵਾਸਤੇ ਸਾਨੂੰ ਲੱਗਦੀ ਹੈ ਕਿ ਯੂ ਆਰ ਗੋਇੰਗ ਹਾਂਜੀ ਡੂਇੰਗ ਵੈਰੀ ਵੈਰੀ ਗੁੱਡ ਥੈਂਕ ਯੂ ਆਪਾਂ ਸਿੱਖ ਗੇਮ ਦੇ ਵਿੱਚ ਦੇਖਿਆ ਹਾਂਜੀ ਕਿੰਨਾ ਵੱਡਾ ਮਾਹੌਲ ਸੀਗਾ ਕਿੰਨੇ ਜ਼ਿਆਦਾ ਉੱਥੇ ਪਬਲਿਕ ਆਡੀਅੰਸ ਐਂਡ ਯੂ ਆਰ ਪਰਫਾਰਮਿੰਗ ਦੇਅਰ ਹਾਂਜੀ ਉਹਦੇ ਬਾਰੇ ਦੱਸੋਗੇ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਬਿਕੋਜ਼ ਇਟ ਇਜ਼ ਆਈ ਫੀਲ ਲਾਈਕ ਦੈਟ ਇਟਸ ਅ ਬਿਗੈਸਟ ਸਟੇਜ ਯੂ ਡਨ ਇਟ ਯੈ ਯੂ ਰਾਈਟ ਐਂਡ ਆਈ ਗੈਸ ਆਈ ਵਾਜ਼ਨਟ ਨਰਵਸ ਵੈਨ ਆਈ ਗਾਟ ਦੇਅਰ ਮੈਂ ਨਰਵਸ ਨਹੀਂ ਸੀ ਆਈ ਥਿੰਕ ਇਟ ਵਾਜ਼ ਅ amazing amazing feeling like to see ke enni sari crowd and all Punjabis obviously and to actually be playing outside on a field it was different it was something and I really enjoyed and utthe main Kamal ji nu mili I guess I feel like that because main shot le raha siga upro drone to ਹਾਂਜੀ ਤੇ ਮੈਂ ਤੁਹਾਡੇ ਤੇ ਸਪੈਸ਼ਲ ਫੋਕਸ ਕਰ ਰਿਹਾ ਸੀਗਾ ਜਦੋਂ ਕੈਮਰਾ ਉੱਪਰ ਜਾ ਰਿਹਾ ਸੀਗਾ ਜਸਟ ਐਟ ਦੈਟ ਦ ਸਟੇਜ ਕਿ ਬਿਕੋਜ਼ ਆਈ ਐਮ ਲੁਕਿੰਗ ਇਨ ਮਾਈ ਸਕਰੀਨ ਹਾਂਜੀ ਇਹ ਕੁੜੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਐਂਡ ਯੂ ਆਰ ਰੀਅਲੀ ਗੁੱਡ ਹਾਂਜੀ ਥੈਂਕ ਯੂ ਐਂਡ ਆਈ ਥਿੰਕ ਦੈਟ ਮੇਡ ਮਾਈ ਮਮ ਪ੍ਰਾਊਡ ਬਿਕੋਜ਼ ਪਹਿਲਾਂ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਢੋਲ ਪਲੇ ਕੀਤਾ ਤੇ ਯੂ ਨੋ ਹੈਵ ਇੰਡੀਅਨ ਪੇਰੈਂਟਸ ਆ ਲਾਈਕ ਮਾਈ ਮਮ ਵਾਜ਼ ਲਾਈਕ ਐਵਰੀ ਟਾਈਮ ਜਦੋਂ ਮੈਂ ਢੋਲ ਆਪਣੀ ਕਾਰ ਵਿੱਚ ਰੱਖ ਕੇ ਪਾਰਕ ਵਿੱਚ ਜਿੱਥੇ ਮੈਂ ਵਜਾਉਂਦੀ ਹਾਂ ਪ੍ਰੈਕਟਿਸ ਕਰਦੀ ਹਾਂ ਲੈ ਕੇ ਜਾਂਦੀ ਸੀ ਐਂਡ ਮੇਰੇ ਮੰਮ ਨੇ ਹਮੇਸ਼ਾ ਕਹਿਣਾ ਓਕੇ ਢੋਲ ਫਿਰ ਰੱਖ ਲਿਆ ਫਿਰ ਚੱਲੀ ਹੁਣ ਇਹਨੇ 4-5 ਘੰਟੇ ਨਹੀਂ ਆਉਣਾ ਨਾ ਅਤੇ ਐਂਡ ਦੇਰ ਵਾਜ਼ ਵਨ ਮੋਮੈਂਟ ਇਟਸ ਐਕਚੁਅਲੀ ਕੁਆਇਟ ਫਨੀ ਬਿਕੋਜ਼ ਵਨ ਆਫ ਮਾਈ ਫਰੈਂਡ ਸਿਮਰਨ ਉਹ ਸਾਡੇ ਘਰ ਆਏ ਅਤੇ ਉਹਨਾਂ ਨੇ ਮੇਰੇ ਮੰਮਾ ਨੂੰ ਕਿਹਾ ਕਹਿੰਦੇ ਕਿ ਸੈਮ ਆਂਟੀ ਜੀ ਸੈਮ ਬਹੁਤ ਵਧੀਆ ਢੋਲ ਵਜਾ ਲੈਂਦੀ ਹੈ ਨਾ ਤੁਸੀਂ ਸੁਣਿਆ ਅਤੇ ਮੈਂ ਐਂਡ ਮਾਈ ਮੰਮ ਵਾਜ਼ ਲਾਈਕ
ਹਾਂ ਇਹਨੇ ਇੰਡੀਆ ਜਾ ਕੇ ਪ੍ਰੇਮਾ ਨੂੰ ਕੰਪੀਟੀਸ਼ਨ ਦੇਣਾ ਆ ਐਂਡ ਪ੍ਰੇਮਾ ਇਜ਼ ਦ ਗਾਇ ਹੂ ਜਿਹੜਾ ਸਾਡੇ ਏਰੀਏ ਦੇ ਵਿੱਚ ਢੋਲ ਵਜਾਉਂਦਾ ਸੋ ਦੈਟ ਵਾਜ਼ ਮਾਈ ਮਮਸ ਮੈਂਟੈਲਿਟੀ ਵੈਨ ਆਈ ਸਟਾਰਟਡ ਆਫ ਓਬਵੀਅਸਲੀ ਦੇਰ ਵਾਜ਼ਨਟ ਅ ਲੋਟ ਆਫ ਸਪੋਰਟ ਬਟ ਨਾਓ ਸ਼ੀ ਰੀਲੀ ਐਪਰੀਸ਼ੀਏਟਸ ਇਟ ਸ਼ੀ ਇਜ਼ ਇਵਨ ਡਨ ਯੂ ਨੋ ਦ ਫੁੰਮਣ ਔਨ ਮਾਈ ਮੇਰੇ ਢੋਲ ਦੇ ਉੱਤੇ ਫੁੰਮਣ ਵੀ ਮੇਰੇ ਮੰਮ ਨੇ ਬਣਾ ਕੇ ਲਾ ਕੇ ਦਿੱਤੇ ਐਂਡ ਆਈ ਥਿੰਕ ਸ਼ੀ ਰੀਲੀ ਐਪਰੀਸ਼ੀਏਟਸ ਇਟ ਨਾਓ ਮੰਮੀ ਐਂਡ ਪਾਪਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਐਂਡ ਬਹੁਤ ਹੀ ਪ੍ਰਾਊਡ ਮੂਮੈਂਟਸ ਆ ਸਾਰਾ ਵਰਲਡ ਸਾਰਾ ਆਸਟ੍ਰੇਲੀਆ ਸਾਰਾ ਇੰਡੀਆ ਸੈਮ ਜੀ 'ਤੇ ਪ੍ਰਾਊਡ ਕਰਦਾ ਬਿਕੋਜ਼ ਇਹ ਕੁੜੀਆਂ ਦੀ ਸ਼ਾਨ ਹੈ ਪੰਜਾਬ ਦੀ ਸਾਡੇ ਸ਼ਾਨ ਹੈ ਇਹ ਬਹੁਤ ਵਧੀਆ ਅਤੇ ਤੁਸੀਂ ਇੱਦਾਂ ਹੀ ਤਰੱਕੀਆਂ ਕਰਦੇ ਰਹੋ ਅਤੇ ਇੱਦਾਂ ਹੀ ਢੋਲ ਵਜਾਉਂਦੇ ਰਹੋ ਅਤੇ ਰਿਦਮ ਦੇ ਵਿੱਚ ਅਤੇ ਅਸੀਂ ਤੁਹਾਡੇ ਢੋਲ ਦੀ ਬੀਟ 'ਤੇ ਨੱਚਦੇ ਰਹੀਏ ਅਤੇ ਇਹਨੂੰ ਇੰਜੋਏ ਕਰਦੇ ਰਹੀਏ ਥੈਂਕ ਯੂ ਵਰੁਣ ਜੀ ਥੈਂਕ ਯੂ ਫੋਰ ਹੈਵਿੰਗ ਮੀ ਹੇਅਰ ਮੱਚ ਅਪਰੀਸ਼ੀਏਟ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਆਉਣ ਦਾ ਆਪਣੇ ਇੰਨੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਣ ਦਾ ਪਲੇਜ਼ਰ ਇਜ਼ ਆਲ ਮਾਈਨ ਥੈਂਕ ਯੂ ਤੋ ਦੋਸਤੋ ਇਹ ਸੈਮ ਜੀ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਅਤੇ ਆਪਾਂ ਮੁਲਾਕਾਤ ਕਰਾਂਗੇ ਅਗਲੇ ਪ੍ਰੋਗਰਾਮ ਜਿਹਦਾ ਨਾਮ ਹੈ ਸਟਾਰਟ ਟਾਕਸ ਅਤੇ ਮਿਲਦੇ ਹਾਂ ਅਗਲੇ ਸਪਤਾਹ ਥੈਂਕ ਯੂ